ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ, ਮੈਂ ਅਹਿਮਦ ਰਜ਼ਾ ਔਰ ਮੇਰੇ ਨਾਲ ਗੁਰਚਰਨ ਸਿੰਘ, ਇਹਨਾਂ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਦੋਸਤੋ, ਇਸ ਟਾਈਮ ਅਸੀਂ ਖੜ੍ਹੇ ਹਾਂ ਲਾਹੌਰ ਦੇ ਵਿੱਚ ਗੋਰਾ ਕਬਰਸਤਾਨ। ਗੋਰਾ ਕਬਰਸਤਾਨ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਦਫਨ ਹਨ, ਔਰ ਇੱਥੇ ਖਾਸ ਸ਼ਖਸੀਅਤ ਜਿਹੜੀ ਪੰਜਾਬ ਔਰ ਪੰਜਾਬੀ ਦੇ ਹਵਾਲੇ ਦੇ ਨਾਲ ਹੈ, ਉਹ ਹੈ ਪ੍ਰਿੰਸੈਸ ਬੰਬਾ ਦੀ। ਪ੍ਰਿੰਸੈਸ ਬੰਬਾ ਰਣਜੀਤ ਸਿੰਘ ਦੀ ਪੋਤਰੀ ਸਨ ਔਰ ਦਲੀਪ ਸਿੰਘ ਦੀ ਬੇਟੀ ਸਨ। ਇਹਦੇ ਬਾਰੇ ਮਜ਼ੀਦ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਨੇ ਸਾਡੇ ਵੀਰ ਕੈਨੇਡਾ ਤੋਂ ਆਏ ਹੋਏ ਗੁਰਚਰਨ ਸਿੰਘ, ਕਿ ਉਹਨਾਂ ਨੂੰ ਕਿਤਨੀ ਚਾਹਤ ਸੀ, ਕਿਸ ਤਰ੍ਹਾਂ ਉੱਥੋਂ ਚੱਲੇ, ਔਰ ਕਦੋਂ ਦੀ ਇੱਕ ਦਿਲ ਦੇ ਵਿੱਚ ਖਾਹਿਸ਼ ਸੀ ਕਿ ਮੈਨੂੰ ਉੱਥੇ ਜਾਣਾ ਚਾਹੀਦਾ। ਸੋ ਅੱਜ ਉਹਨਾਂ ਦੀ ਇਹ ਖਾਹਿਸ਼ ਪੂਰੀ ਹੋ ਗਈ ਹੈ, ਔਰ ਇਹ ਸਿੱਖ ਸਲਤਨਤ, ਪੰਜਾਬੀ ਸਲਤਨਤ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਇਹ ਉਹਨਾਂ ਦੀ ਵਾਰਿਸ ਹੈ। ਜਦੋਂ ਪਾਰਟੀਸ਼ਨ ਹੋ ਜਾਂਦੀ ਹੈ, ਤਾਂ ਥੋੜ੍ਹਾ ਜਿਹਾ ਮੈਂ ਦੱਸਦਾ ਜਾਵਾਂ ਕਿ ਪਾਰਟੀਸ਼ਨ ਤੋਂ ਬਾਅਦ ਸ਼ਹਿਜ਼ਾਦੀ ਬੰਬਾ ਨੂੰ ਨਹਿਰੂ ਹਕੂਮਤ ਦੇ ਵੱਲੋਂ ਇਹ ਕਿਹਾ ਗਿਆ ਕਿ ਤੁਹਾਨੂੰ ਅਸੀਂ ਸਦਾਰਤੀ ਅਵਾਰਡ ਵੀ ਦੇਵਾਂਗੇ, ਤੁਹਾਨੂੰ ਹੋਰ ਇੱਥੋਂ ਦੇ ਅਸੀਂ ਇੱਥੋਂ ਦੀ ਸ਼ਹਿਰੀਅਤ ਵੀ ਦਿੰਦੇ ਹਾਂ, ਸਭ ਕੁਛ ਕਰਨੇ ਹਾਂ, ਲੇਕਿਨ ਜਿਹੜੀ ਇੱਕ ਸਿੱਖ ਸਲਤਨਤ ਹੈ ਉਹਦੀਆਂ ਜਿਹੜੇ ਤੁਹਾਡੇ ਕੋਲ ਜੋ ਚੀਜ਼ਾਂ ਹਨ, ਉਹ ਸਿੱਖ ਸਲਤਨਤ ਦੀਆਂ ਜੋ ਅਸਾਸਾ ਹੈ, ਜੋ ਵਿਰਸਾ ਹੈ, ਉਹ ਤੁਸੀਂ ਸਾਡੇ ਨਾਮ ਕਰ ਦਿਓ। ਲੇਕਿਨ ਸ਼ਹਿਜ਼ਾਦੀ ਬੰਬਾ ਨੇ ਕਿਹਾ ਕਿ ਮੈਂ ਲਾਹੌਰ ਦੇ ਨਾਲ, ਮੈਨੂੰ ਪਿਆਰ ਹੈ ਔਰ ਮੈਨੂੰ ਪੰਜਾਬ ਨਾਲ ਪਿਆਰ ਹੈ, ਮੈਂ ਇੱਥੋਂ ਦੀ ਰਹਿਣ ਵਾਲੀ ਹਾਂ, ਮੇਰੀ ਜ਼ਿੰਦਗੀ, ਮੇਰਾ ਸਭ ਕੁਛ, ਜੋ ਇੱਥੋਂ ਅਮਾਨਤ ਹੈ ਪੰਜਾਬ ਦੀ, ਉਹ ਮੈਂ ਪੰਜਾਬ ਨੂੰ ਦੇਵਾਂਗਾ। ਸੋ ਅੱਜ ਉਹਨਾਂ ਨੇ ਦਫਨ ਹੋਣਾ ਵੀ ਆਪਣੇ ਲਾਹੌਰ, ਆਪਣੇ ਪੰਜਾਬ ਇੱਥੇ ਕੀਤਾ। ਵੈਸੇ ਤਾਂ ਇੰਗਲੈਂਡ ਰਹਿੰਦੇ ਸੀ, ਉਸ ਤੋਂ ਬਾਅਦ ਫਿਰ ਇੱਥੇ ਆ ਗਏ। ਮਜ਼ੀਦ ਤੁਹਾਨੂੰ ਸ਼ਹਿਜ਼ਾਦੀ ਬੰਬਾਂ ਬਾਰੇ ਗੁਰਚਰਨ ਵੀਰ ਸਿੰਘ ਜੀ ਇਹ ਤੁਹਾਨੂੰ ਦੱਸਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਗੁਰਚਰਨ ਸਿੰਘ ਬਣਵੈਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸੇ ਗੋਰਾ ਸਿਮਿਟਰੀ ਦੇ ਵਿੱਚ ਆਏ ਹਾਂ, ਲਾਹੌਰ ਦੇ ਵਿੱਚ ਜਿਹੜੀ ਮੌਜੂਦ ਆ। ਕਿਉਂ ਆਏ ਹਾਂ ਇੱਥੇ? ਇੱਥੇ ਕੋਈ ਸੁੱਤਾ ਪਿਆ ਖਾਲਸਾ ਰਾਜ ਦਾ ਵਾਰਿਸ, ਜਿਹੜਾ ਕਿ ਸ਼ਹਿਜ਼ਾਦੀ ਬੰਬਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਲੜਕੀ ਸੀ, ਜਿਹੜੀ ਕਿ ਉਹਨੂੰ ਪਤਾ ਲੱਗਾ ਜਦੋਂ ਖਾਲਸੇ ਰਾਜ ਦੇ ਬਾਰੇ ਪਤਾ ਲੱਗਾ, ਉਹ ਲਾਹੌਰ ਦੇ ਵਿੱਚ ਆ ਕੇ ਆਪਣੇ ਰਾਜ ਭਾਗ ਵਾਸਤੇ ਸਟਰਗਲ ਕਰਦੀ ਰਹੀ ਬਹੁਤ ਦੇਰ ਵਾਸਤੇ, ਜਿਸ ਆ ਕੇ ਕਿਸੇ ਨੇ ਸੁਣਿਆ ਕੋਈ ਨਹੀਂ। ਉਹ ਇੱਥੇ ਤੱਕ ਵੀ ਸੀ ਕਿ ਕੋਈ ਸਰਦਾਰ ਮੇਰੇ ਨਾਲ ਵਿਆਹ ਕਰਾ ਲਵੇ, ਮੈਂ ਆਪਣਾ ਰਾਜ ਭਾਗ ਵਾਪਸ ਲਵਾਂ। ਫਿਰ ਉਸਨੇ ਆਪਣਾ ਖਾਨਦਾਨ ਲੱਭਿਆ ਜਾ ਕੇ, ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਸੀ, ਮਿਸਲਾਂ ਦੇ ਨਾਲ ਜਿਹੜਾ ਸੰਬੰਧ ਸੀ, ਉਹਨਾਂ ਦੇ ਕੋਈ ਪ੍ਰੋਬਲਮ ਸੀ ਇੰਗਲਿਸ਼ ਦੀ ਬੋਲਣ ਦੀ, ਉਹ ਵੀ ਉਹਨਾਂ ਨੇ ਸੋਲਵ ਕੀਤੀ। ਉਸ ਤੋਂ ਬਾਅਦ ਕੋਈ ਵੀ ਉਹਨਾਂ ਸਹਾਰਾ ਨਹੀਂ ਬਣਿਆ ਅਤੇ ਇਹ ਵਾਪਸ ਇੰਗਲੈਂਡ ਨਹੀਂ ਗਈ ਵਾਪਸ। ਉਹ ਕਹਿੰਦੀ ਸੀ ਵੀ ਮੈਂ ਮਰਨਾ ਅਤੇ ਇੱਥੇ ਮਰਨਾ, ਕਿਉਂਕਿ ਮੇਰੇ ਬਾਪ ਦਾ ਰਾਜ ਸੀ, ਮੇਰੇ ਦਾਦੇ ਦਾ ਰਾਜ ਸੀ, ਸਿੱਖ ਰਾਜ ਨੂੰ ਪ੍ਰਾਪਤ ਕਰਨ ਵਾਸਤੇ ਉਹ ਇੱਥੇ ਰਹਿ ਗਈ। ਕਿ 1957 ਦੇ ਵਿੱਚ ਉਹ ਫੌਤ ਹੁੰਦੀ ਆ, ਇਹ ਉਹਦੀ ਖਬਰ ਪਈ ਹੈ ਇੱਥੇ ਸੁੱਤਿਆ ਪਿਆ ਖਾਲਸਾ ਰਾਜ ਸਿੱਖੋ, ਜਿਹਨੂੰ ਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਖਾਲਸਾ ਰਾਜ ਦੇ ਵਾਰਸ ਆ ਜਿਹੜੇ ਅੱਜ ਉਹ ਸੁੱਤੇ ਪਏ ਨੇ ਇੱਥੇ। ਅਸੀਂ ਲਾਸਟ ਟਾਈਮ 'ਤੇ ਜਾ ਕੇ ਦਲੀਪ ਸਿੰਘ ਦੇ ਵੀ ਸ਼ਮਸ਼ਾਨ ਘਾਟ ਜਾ ਕੇ ਲੱਭਿਆ ਸੀ ਇੰਗਲੈਂਡ ਦੇ ਵਿੱਚ, ਇੰਗਲੈਂਡ ਤੋਂ ਪੈਰਿਸ ਤੋਂ ਲਾਹੌਰ ਦੇ ਵਿੱਚ ਅੱਜ ਖੜ੍ਹੇ ਹਾਂ। ਲਾਹੌਰ ਦੇ ਵਿੱਚ ਐਸਾ ਜਾਂਦੀ ਤੁਹਾਡੀ ਸੁੱਤੀ ਪਈ ਆ, ਜਿਹੜਾ ਕਿ ਖਾਲਸਾ ਰਾਜ ਖਤਮ ਹੋ ਗਿਆ। ਉਹਨਾਂ ਦੇ ਬਹੁਤ ਸਾਰੇ ਜੋ ਸਮਾਨ ਪਿਆ, ਅਸੀਂ ਇਹ ਭਾਈ ਸਾਹਿਬ ਹੁਣ ਲੈ ਕੇ ਗਏ ਨੇ ਸਾਨੂੰ, ਅਸੀਂ ਸ਼ਾਮ ਨੂੰ ਹੋਰ ਵੀ ਰਿਕਾਰਡਿੰਗ ਕਰਕੇ ਆਪ ਜੀ ਤੱਕ ਪਹੁੰਚਾਵਾਂਗੇ। ਸੋ ਜਦੋਂ ਵੀ ਤੁਸੀਂ ਲਾਹੌਰ ਆਓ, ਗੋਰਾ ਕਬਰਸਤਾਨ ਔਰ ਗੋਰਾ ਕਬਰਸਤਾਨ ਦੀ ਲੋਕੇਸ਼ਨ ਇਹ ਹੈ ਕਿ ਇਹ ਜੇਲ੍ਹ ਰੋਡ 'ਤੇ ਪਏਗਾ ਔਰ ਇਹ ਬਿਲਕੁਲ ਸਦੀਕ ਟ੍ਰੇਡ ਸੈਂਟਰ 'ਤੇ ਹੈ।
ਔਰ ਇਹ ਬਿਲਕੁਲ ਬੈਕ 'ਤੇ ਪੈ ਜਾਏਗਾ ਫੋਰਟਸ ਸਟੇਡੀਅਮ ਦੇ, ਔਰ ਇਹ ਬਿਲਕੁਲ ਕੈਨਾਲ ਜਿਹੜੀ ਨਹਿਰ ਹੈ ਉੱਥੋਂ ਤੁਸੀਂ ਮੁੜੋਗੇ ਅਤੇ ਉਹਦੇ ਬਿਲਕੁਲ ਇਹ ਨਾਲ ਗੋਰਾ ਕਬਰਿਸਤਾਨ ਲੈਫਟ ਸਾਈਡ 'ਤੇ ਪਏਗਾ। ਅਤੇ ਹੁਣ ਅਸੀਂ ਕਹਿੰਦੇ ਹਾਂ ਸਾਡੇ ਕੈਮਰਾਮੈਨ ਫੈਸਲ ਅਲੀ ਨੂੰ ਕਿ ਇਸ ਕਬਰ ਦੇ ਜੋ ਲਾਈਨਸ ਉੱਪਰ ਲਿਖੀਆਂ ਹੋਈਆਂ ਨੇ ਸਜ਼ਾਦੀ ਬੰਬਾਂ ਦੇ ਬਾਰੇ, ਉਹ ਸਾਡੇ ਵੇਖਣ ਵਾਲਿਆਂ ਨੂੰ ਉਹ ਵੀ ਦਿਖਾ ਦੇਣ, ਪੂਰੀ ਦਿਖਾ ਦੇਣ, ਔਰ ਫਿਰ ਅਸੀਂ ਨਾਲ ਦੱਸਦੇ ਜਾਈਏ ਕਿ ਸ਼ਹਿਜ਼ਾਦੀ ਬੰਬਾਂ ਲਾਲ ਫੁੱਲਾਂ ਦੀ ਬੜੀ ਸ਼ੌਕੀਨ ਸੀ। ਸੋ ਗੁਰਚਰਨ ਸਿੰਘ ਵੀਰ ਜੀ ਉਹ ਵੀ ਲਾਲ ਫੁੱਲ ਲੈ ਕੇ ਅੱਜ ਆਪਣੀ ਸ਼ਹਿਜ਼ਾਦੀ ਲਈ ਆਈ ਹਨ, ਕਿਉਂਕਿ ਪੰਜਾਬ ਦੀ ਸ਼ਹਿਜ਼ਾਦੀ ਸੀ, ਸਿੱਖ ਸਲਤਨਤ ਦੀ ਸ਼ਹਿਜ਼ਾਦੀ ਸੀ, ਔਰ ਇਹ ਤੁਹਾਨੂੰ ਇਹ ਸਾਰਾ ਕੁਛ ਦਿਖਾਉਣਗੇ। ਇੱਕ ਹੋਰ ਚੀਜ਼ ਅਸੀਂ ਜਿਹੜਾ ਤੁਹਾਡੇ ਨਾਲ ਦੱਸਣਾ ਚਾਹਾਂਗੇ ਕਿ ਅਸੀਂ ਪਿਛਲੀ ਵਾਰੀ ਵੀ ਆਏ ਸੀ ਅਤੇ ਉਸ ਟਾਈਮ ਵੀ ਅਸੀਂ ਦੇਖ ਕੇ ਇੱਕ ਦਿਲ ਦੁਖਿਆ ਹੈ ਕਿ ਇਸ ਟਾਈਮ ਇਸ ਕਬਰ ਦੀ ਇਸ ਦੀ ਹਾਲਤ ਉਹ ਟੁੱਟ ਫੁੱਟ ਦਾ ਸ਼ਿਕਾਰ ਹੈ। ਅਗਰ ਅਸੀਂ ਤੁਹਾਨੂੰ ਦਿਖਾ ਪਾਈਏ ਕਿ ਇਹ ਤੁਸੀਂ ਦੇਖੋ, ਇਸ ਤੋਂ ਅੱਗੇ ਅਸੀਂ ਇਹ ਦੇਖੀਏ, ਫਿਰ ਇਸ ਤੋਂ ਅੱਗੇ ਇਹ ਤਾਂ ਬਿਲਕੁਲ ਨਾ ਇੱਥੋਂ ਖਾਲੀ ਹੋ ਚੁੱਕੀ ਹੈ, ਜਿਵੇਂ ਕੋਈ ਖੋਲਰ ਹੁੰਦਾ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ। ਫਿਰ ਅਗਰ ਤੁਸੀਂ ਇੱਥੋਂ ਦੇਖ ਪਾਓ ਤਾਂ ਇਹਦੀ ਹਾਲਤ ਇਹ ਹੁਣ ਬਿਲਕੁਲ ਉਹ ਹੈ ਕਿ ਅਗਰ ਇਹਦੀ ਦੇਖਭਾਲ ਇਹਨੂੰ ਸੰਭਾਲਿਆ ਨਹੀਂ ਜਾਂਦਾ ਤਾਂ ਇਹ ਕਬਰ ਇਹ ਬਿਲਕੁਲ ਇਹਦਾ ਕਹਿਣਾ ਨਹੀਂ ਚਾਹੀਦਾ, ਲੇਕਿਨ ਇਹ ਹੈ ਕਿ ਜਿਵੇਂ ਹਿਸਟਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿੱਟ ਜਾਂਦੀਆਂ ਨੇ, ਫਿਰ ਹਿਸਟਰੀ ਸਾਡੀ ਅਸੀਂ ਆਪਣੇ ਹੱਥੀਂ ਉਹ ਆਪ ਮਿਟਾਵਾਂਗੇ। ਸੋ ਇਹਦੇ ਬਾਰੇ ਜਿਹੜੇ ਕਿ ਇਹਦੇ ਜ਼ਿੰਮੇਦਾਰਾਂ ਨੇ, ਅਸੀਂ ਕੋਈ ਗੌਰਮੈਂਟ ਤੱਕ ਇੱਥੋਂ ਦੀ ਜਿਹੜੀ ਹੈ ਉਹਦੇ ਤੱਕ ਵੀ ਇਹ ਕਹਾਂਗੇ। ਬਾਕੀ ਅਗਰ ਕੋਈ ਇਹਦੇ ਬਾਰੇ ਕੋਈ ਕਰਨਾ ਚਾਹੁੰਦਾ ਹੈ ਕੋਈ ਇਸ ਸਿੱਖ ਸਲਤਨਤ ਦੀ ਇਸ ਵਾਰਿਸ ਦੇ ਬਾਰੇ, ਤਾਂ ਇਹ ਸਾਨੂੰ ਖੁਸ਼ੀ ਹੋਏਗੀ। ਇਹ ਤੁਹਾਨੂੰ ਦਿਖਾ ਦਿਓ ਜੀ ਕਬਰ ਟੁੱਟੀ ਉਹਦੀ, ਜਿਹੜਾ ਵੀ ਕਰੇ ਉਹਦੇ ਵਿੱਚ ਅਸੀਂ ਇਹ ਨਹੀਂ ਚਾਹੁੰਦੇ ਕਿਉਂਕਿ ਵੱਡਾ ਇਹਦੇ ਤੋਂ ਨਾਮ ਲੈਣਾ ਚਾਹੇ, ਇੱਕ ਜ਼ਿੰਮੇਵਾਰੀ ਸਮਝ ਕੇ ਜਿੰਨਾ ਕੁ ਸਾਡੇ ਤੋਂ ਹੋ ਸਕਿਆ ਅਸੀਂ ਕਰਾਂਗੇ। ਔਰ ਇਹਦੇ ਬਾਰੇ ਅਗਰ ਕੋਈ ਦੋਸਤ ਸੋਚ ਸਕਣ, ਕੋਈ ਇਸ ਦੇ ਬਾਰੇ ਜਿਹੜਾ ਕੋਈ ਕਰਨਾ ਚਾਹੇਗਾ ਤਾਂ ਸਾਨੂੰ ਖੁਸ਼ੀ ਹੋਊਗੀ। ਗੁਰਚਰਨ ਸਿੰਘ ਵੀਰ ਸਿੰਘ ਨਾਲ ਰਾਬਤਾ ਕਰ ਸਕਦੇ, ਇਹ ਵੀਡੀਓ ਉਹ ਸ਼ੇਅਰ ਕਰਨਗੇ, ਅਸੀਂ ਵੀਡੀਓ ਦੇ ਵਿੱਚ ਉਹਨਾਂ ਦੇ ਨੰਬਰਸ ਕੰਟੈਕਟ ਵਗੈਰਾ ਉਹ ਵੀ ਸ਼ੇਅਰ ਕਰ ਸਕਾਂਗੇ, ਉਹ ਦੇ ਦੇਵਾਂਗੇ ਕਿ ਇਹਨੂੰ ਮਜ਼ੀਦ ਅਸੀਂ ਕਿਵੇਂ ਮਿਲ ਕੇ ਅਤੇ ਇਹਨੂੰ ਬਿਹਤਰ ਕਰ ਸਕਦੇ। ਇਹ ਜੋ ਕਬਰ ਟੁੱਟੀ ਹੋਈ ਆ ਇਹ ਕੋਈ ਵੱਡਾ ਕੰਮ ਨਹੀਂ ਹੈ, ਅਸੀਂ ਇਸਦੀ ਰਿਪੇਅਰ ਜਲਦੀ ਕਰਾਵਾਂਗੇ ਤਾਂ ਕਿ ਇਹ ਸਾਡੀ ਇੱਕ ਵਿਰਾਸਤ ਹੈ, ਖਾਲਸਾ ਰਾਜ ਦੀ ਵਿਰਾਸਤ ਆਖਰੀ ਜਿਹੜੀ ਸੀਗੀ ਉਹ ਇੱਥੇ ਪਈ ਆ, ਉਹਨੂੰ ਸਭ ਕੁਛ ਮਾਰ ਦਿੱਤਾ ਆਪਣੇ ਆਪ ਦੇ ਵਾਸਤੇ, ਪਰ ਉਹ ਬੇਬਸ ਸੀ ਕਿ ਉਸਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋਈ। ਨਹਿਰੂ ਹੋਣਾਂ ਨੇ ਬੜੇ ਹੀ ਯਤਨ ਕੀਤੇ ਸੀ ਕਿ ਸਾਨੂੰ ਤੁਸੀਂ ਸਾਰਾ ਸਮਾਨ ਜਿਹੜਾ ਆ ਵਿਰਾਸਤ ਸਾਡੇ ਨਾਂ ਦੇ ਉੱਤੇ ਕਰਵਾ ਦਿੱਤੀ ਜਾਵੇ ਅਤੇ ਅਸੀਂ ਤੁਹਾਨੂੰ ਇੱਥੇ ਰੱਖ, ਪਰ ਉਹ ਨਹੀਂ ਸੀ ਮੰਨੀ। ਅਤੇ ਸੂਫੀਆ ਵੀਰ ਇੰਡੀਆ ਦੇ ਵਿੱਚ ਆਈ ਸੀਗੀ ਜਿਹੜੀ ਛੋਟੀ ਲੜਕੀ ਸੀਗੀ, ਉਹ ਰਾਜ ਭਾਗ ਲੈਣਾ ਚਾਹੁੰਦੇ ਸੀਗੇ, ਬਦਕਿਸਮਤੀ ਸਿੱਖਾਂ ਦੀ ਕਿ ਸਾਨੂੰ ਇਹ ਰਾਜ ਨਹੀਂ ਮਿਲਿਆ। ਅੱਜ ਖਾਲਸਾ ਰਾਜ ਦੇ ਵਿਰਾਸਤ ਇਸ ਉੱਤੇ ਪਏ ਨੇ, ਉਹਨਾਂ ਦੀਆਂ ਕਬਰਾਂ ਵੀ ਟੁੱਟੀਆਂ ਹੋਈਆਂ।